सबको जय एम सी की। मैं जतिन बब्बर और आप देख रहे हैं एम सी परिवार चैनल। जैसे कि आप सब जानते हैं कि मैं इस चैनल पे प्रभु के अलग अलग दासों की वीडियोस डालता हूं, तो अगर आपको हमारा चैनल अच्छा लगता है तो आप इस चैनल को ज्यादा से ज्यादा सब्सक्राइब जरूर करें, ताकि आप प्रभु के वचन को सुन सके, वीडियोस को ज्यादा से ज्यादा शेयर करें, ताकि जिन लोगों तक वचन नहीं पहुंचा है उन तक भी वचन पहुंच सके। सबको जय एम सी की। एक बार मैं आपसे दोबारा कहूंगा कि इस चैनल को सब्सक्राइब जरूर करें और वीडियोस को ज्यादा से ज्यादा शेयर करें। जय एम सी की। ਪ੍ਰਭੂ ਦੀ ਹਜ਼ੂਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੇਜ਼ ਦਾ ਲਾਰਡ। ਔਰ ਮੈਨੂੰ ਵਿਸ਼ਵਾਸ ਆ ਕਿ ਸਾਲ ਤੁਹਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦਾ ਸਾਲ ਹੈ। ਪ੍ਰੇਜ਼ ਦਾ ਲਾਰਡ। ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਹਾਲੇਲੂਇਆ। ਮੇਰੇ ਅਜ਼ੀਜ਼ੋ, ਇਹ 2024 ਸਾਡੇ ਸਭ ਦੇ ਲਈ ਬਰਕਤ ਦਾ ਸਾਲ ਹੈ, ਆਸ਼ੀਸ਼ ਦਾ ਸਾਲ ਹੈ। ਮੈਂ ਤੁਹਾਨੂੰ ਨਵੇਂ ਈਅਰ ਦੇ ਉੱਤੇ, ਨਵੇਂ ਸਾਲ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੈਪੀ ਨਿਊ ਈਅਰ ਕਹਿਣ ਦੇ ਨਾਲ ਤੁਹਾਡੀ ਲਾਈਫ ਹੈਪੀ ਨਹੀਂ ਹੋਏਗੀ। ਮੁਬਾਰਕਬਾਦ ਦੇਣ ਦੇ ਨਾਲ ਤੁਹਾਡੀ ਕਿਸੇ ਦੀ ਵੀ ਜ਼ਿੰਦਗੀ ਮੁਬਾਰਕ ਨਹੀਂ ਹੋਏਗੀ। ਮੁਬਾਰਕ ਕਦੋਂ ਹੋਊਗੀ? ਜਦੋਂ ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲਾਂਗੇ, ਜਦੋਂ ਪਰਮੇਸ਼ਵਰ ਦੇ ਵਚਨ ਨੂੰ ਫੋਲੋ ਕਰਾਂਗੇ, ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਨਾਲ ਲੈ ਕੇ ਚੱਲਾਂਗੇ। ਇਸੇ ਕਰਕੇ ਮੈਂ ਜਦੋਂ ਕੋਈ ਵੀ ਸੇਵਾਦਾਰ ਕੰਮ ਕਰਦਾ ਆ, ਮੈਨੂੰ ਪਤਾ ਹੁੰਦਾ ਕਈ ਵਾਰੀ ਤੁਹਾਡੇ ਲਈ ਮੁਸ਼ਕਿਲ ਹੁੰਦਾ ਕੰਮ ਛੱਡ ਕੇ ਆਉਣਾ, ਪਰ ਮੈਂ ਕਹਿੰਦੀ ਹੁੰਦੀ ਆ ਕਿ ਤੁਸੀਂ ਸਾਰਾ ਕੁਝ ਬੰਦ ਕਰਕੇ ਕੁਝ ਸਮੇਂ ਦੇ ਲਈ ਪਰਮੇਸ਼ਵਰ ਦੇ ਨਾਲ, ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੇ ਵਚਨ ਦੇ ਵਚਨ ਨੂੰ ਗਹਿਰੇ ਦੇ ਨਾਲ ਸੁਣੋ, ਤਾਂ ਕਿ ਪ੍ਰਭੂ ਤੁਹਾਡੇ ਨਾਲ ਗੱਲਬਾਤ ਕਰੇ ਔਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਦੀ ਆਸ਼ੀਸ਼ ਆਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਜ਼ੀਜ਼ੋ, ਇਸ ਨਵੇਂ ਵਰੇ ਦੇ ਉੱਤੇ ਪਰਮੇਸ਼ਵਰ ਦਾ ਵਚਨ ਤੁਹਾਨੂੰ ਉਤਸ਼ਾਹਿਤ ਕਰਦਾ ਹੈ, ਪ੍ਰੇਰਿਤ ਕਰਦਾ ਹੈ ਇਹਨਾਂ ਵਚਨਾਂ ਦੇ ਦੁਆਰਾ। ਮਤੀ 6 ਉਹਦੇ 31 ਵਚਨ ਦੇ ਦੁਆਰਾ, ਚਿੰਤਾ ਨਾ ਕਰੋ, ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਲਓ, ਫਿਕਰ ਨਾ ਕਰੋ, ਤੁਸੀਂ ਕੀ ਖਾਓਗੇ, ਤੁਸੀਂ ਕੀ ਪਹਿਨੋਗੇ, ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ, ਕੋਈ ਵੀ ਟੈਨਸ਼ਨ, ਕੋਈ ਵੀ ਬੋਝ ਆਪਣੇ ਦਿਮਾਗ ਦੇ ਉੱਤੇ ਨਾ ਰੱਖੋ। ਤੇ ਪ੍ਰਭੂ ਚਾਹੁੰਦੇ ਨੇ ਤੁਸੀਂ ਤਣਾਓ ਮੁਕਤ ਰਹੋ। ਤਣਾਓ ਮੁਕਤ ਰਹਿਣ ਦਾ ਮਤਲਬ ਕੀ ਹੁੰਦਾ? ਕਿ ਤੁਸੀਂ ਸਟ੍ਰੈਸ ਤੋਂ ਪਰੇ ਰਹੋ, ਚਿੰਤਾ ਤੋਂ ਪਰੇ ਰਹੋ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਡਿਪਰੈਸ਼ਨ ਜਾਂਦੇ ਨੇ। ਡਿਪਰੈਸ਼ਨ ਕਦੋਂ ਹੁੰਦਾ ਆ ਸਾਨੂੰ? ਜਦੋਂ ਅਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਹਾਂ, ਬਹੁਤ ਜ਼ਿਆਦਾ ਬੋਝ ਦੇ ਵਿੱਚ ਚਲੇ ਜਾਂਦੇ ਹਾਂ, ਬਹੁਤ ਜ਼ਿਆਦਾ ਅਸੀਂ ਪਰੇਸ਼ਾਨੀ ਵਿੱਚ ਚਲੇ ਜਾਂਦੇ ਹਾਂ, ਉਦੋਂ ਅਸੀਂ ਕੀ ਹੁੰਦੇ ਹਾਂ? ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ। ਅੱਜ ਤਕਰੀਬਨ ਮੋਸਟਲੀ ਜਿਹੜੇ ਲੋਕ ਨੇ ਉਹ ਡਿਪਰੈਸ਼ਨ ਦੇ ਵਿੱਚ ਨੇ। ਕਾਰਨ ਕੀ ਆ? ਲਾਈਫ ਇੰਨੀ ਟਫ ਹੋ ਚੁੱਕੀ ਹੈ, ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਹੈ, ਇੰਨਾ ਜ਼ਿਆਦਾ ਕੰਪੀਟੀਸ਼ਨ ਹੈ, ਇੰਨੀ ਜ਼ਿਆਦਾ ਸਮੱਸਿਆ ਆ ਜ਼ਿੰਦਗੀ ਦੇ ਵਿੱਚ, ਕਿ ਲੋਕ ਜਿਹੜੇ ਆ ਉਹ ਟੈਨਸ਼ਨ ਦੇ ਵਿੱਚ ਰਹਿੰਦੇ ਆ, ਬੋਝ ਦੇ ਵਿੱਚ ਰਹਿੰਦੇ ਆ, ਤੇ ਜਦੋਂ ਜਿਹੜਾ ਬੋਝ ਹੈ ਉਹ ਜ਼ਿਆਦਾ ਵੱਧ ਜਾਂਦਾ ਆ, ਤੇ ਲੋਕ ਕੀ ਹੁੰਦੇ ਆ? ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ। ਪਰੇਸ਼ਾਨੀ ਤੋਂ ਮੁਕਤ ਹੋਣ ਦੇ ਲਈ ਸਾਨੂੰ ਲੋੜ ਕੀ ਹੁੰਦੀ ਆ? ਪ੍ਰਭੂ ਦੇ ਵਚਨ ਨੂੰ ਫੋਲੋ ਕਰਨ ਦੀ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਵਚਨ ਦੇਖਾਂਗੇ, ਕੋਈ ਵੀ ਪੜ ਸਕਦਾ ਉੱਚੀ ਆਵਾਜ਼ ਦੇ ਵਿੱਚ, ਪੜਿਓ ਜ਼ਰਾ। ਪਹਿਲਾ ਪਤਰਸ ਉਹਦੇ 5 ਤੋਂ ਸਟਾਰਟ ਕਰੀਏ, ਪੜੋ ਜ਼ਰਾ ਉੱਚੀ ਆਵਾਜ਼ ਦੇ ਵਿੱਚ। ਪਹਿਲਾ ਪਤਰਸ ਉਹਦੇ 5 ਵਚਨ ਤੋਂ,
ਥੈਂਕ ਯੂ ਜੀਸਸ। ਜਿਹੜੇ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ, ਇਹਦੇ ਵਿੱਚ ਤੁਸੀਂ ਵੱਡਾ ਆਨੰਦ ਕਰਦੇ ਹੋ। ਭਾਵੇਂ ਹੁਣ ਥੋੜਾ ਕੁ ਚਿਰ ਜੇਕਰ ਲੜੀਂਦਾ ਹੋਵੇ ਤਾਂ ਭਾਂਤ ਭਾਂਤ ਦੇ ਪ੍ਰਤਾਵਿਆਂ ਨਾਲ ਦੁਖੀ ਹੋਏ ਹੋਏ ਤਾਂ ਜੋ ਤੁਹਾਡੀ ਪਰਕੀ ਹੋਈ ਨੇਚਾ ਜਿਹੜੀ ਨਾਸ਼ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲਦੀ ਹੈ। ਪ੍ਰੇਜ਼ ਦਾ ਲਾਰਡ। ਚਾਹੇ ਤੁਸੀਂ ਹੁਣ ਥੋੜਾ ਦੁੱਖ ਵਿੱਚੋਂ, ਚਾਹੇ ਤੁਸੀਂ ਥੋੜੀ ਜਿਹੀ ਹੁਣ ਪਰੇਸ਼ਾਨੀ ਦੇ ਵਿੱਚੋਂ, ਪਰ ਤੁਸੀਂ ਚਿੰਤਾ ਮੁਕਤ ਰਹਿਣਾ ਆ, ਕਿਉਂਕਿ ਇਹ ਦੁੱਖ, ਇਹ ਪਰੇਸ਼ਾਨੀਆਂ, ਇਹ ਤਕਲੀਫਾਂ, ਇਹ ਸਮੱਸਿਆਵਾਂ ਜੋ ਤੁਸੀਂ ਅੱਜ ਆਪਣੇ ਜੀਵਨ ਦੇ ਵਿੱਚ ਫੇਸ ਕਰ ਰਹੇ ਹੋ, ਇਹ ਪਲ ਕਿਹਦੇ ਲਈ ਆ? ਕੁਝ ਸਮੇਂ ਦੇ ਲਈ ਆ, ਕਿਉਂਕਿ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਬਲੈਸਿੰਗ, ਇੱਕ ਬਹੁਤ ਵੱਡੀ ਆਸ਼ੀਸ਼ ਤੁਹਾਨੂੰ ਮਿਲਣ ਵਾਲੀ ਹੈ। ਔਰ ਇਹੀ ਵਚਨ ਤੁਹਾਨੂੰ ਸ਼ਾਂਤ ਕਰਦਾ ਹੈ, ਇਹੀ ਵਚਨ ਤੁਹਾਨੂੰ ਤਣਾਉ ਤੋਂ, ਡਿਪਰੈਸ਼ਨ ਤੋਂ, ਸਟ੍ਰੈਸ ਤੋਂ, ਬੋਝ ਤੋਂ ਆਜ਼ਾਦ ਕਰਦਾ ਹੈ ਕਿ ਪਰਮੇਸ਼ਵਰ ਸੱਚਮੁੱਚ ਇੱਕ ਵੱਡੀ ਮਹਿਮਾ ਨੂੰ, ਇੱਕ ਵੱਡੀ ਬਲੈਸਿੰਗ ਨੂੰ ਸਾਡੇ ਜੀਵਨ ਦੇ ਵਿੱਚ ਲੈ ਕੇ ਆਉਣ ਵਾਲੇ ਨੇ। ਹਾਲੇਲੂਇਆ, ਹਾਲੇਲੂਇਆ। ਅਸੀਂ ਜੋ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਤੁਸੀਂ ਤਣਾਉ ਵਿੱਚ ਰਹੋ, ਪਰਮੇਸ਼ਵਰ ਨਹੀਂ ਚਾਹੁੰਦੇ ਤੁਸੀਂ ਸਟ੍ਰੈਸ ਦੇ ਵਿੱਚ ਰਹੋ। ਪਰਮੇਸ਼ਵਰ ਨੇ ਜਦੋਂ ਇਸ ਧਰਤੀ ਨੂੰ ਬਣਾਇਆ ਤੇ ਬਾਈਬਲ ਕਹਿੰਦੀ ਆ ਪਰਮੇਸ਼ਵਰ ਨੇ ਸਭ ਕੁਝ ਬਣਾਉਣ ਤੋਂ ਬਾਅਦ ਇੱਕ ਸ਼ਬਦ ਬੋਲਿਆ ਕਿ ਸਭ ਕੁਝ ਵਧੀਆ ਹੈ, ਸਭ ਕੁਝ ਚੰਗਾ ਹੈ, ਸਭ ਕੁਝ ਸੋਹਣਾ ਹੈ। ਜਦੋਂ ਸ਼ਬਦ ਬੋਲ ਕੇ ਉਸ ਤੋਂ ਬਾਅਦ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ, ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦਾ ਸੀ ਕਿ ਆਦਮ ਦੁੱਖ ਵਿੱਚ ਰਵੇ, ਪਰਮੇਸ਼ਵਰ ਨਹੀਂ ਚਾਹੁੰਦਾ ਸੀ ਆਦਮ ਸਟ੍ਰੈਸ ਦੇ ਵਿੱਚ ਰਵੇ। ਇਸ ਕਰਕੇ ਪਰਮੇਸ਼ਵਰ ਨੇ ਆਦਮ ਨੂੰ ਹਰ ਉਹਦੇ ਜੀਵਨ ਦੀ ਹਰ ਇੱਕ ਚੀਜ਼ ਉਹਨੂੰ ਪ੍ਰੋਵਾਈਡ ਕੀਤੀ, ਤੇ ਅੱਜ ਉਹੀ ਆਦਮ ਜਦੋਂ ਦੁਖੀ ਹੁੰਦਾ, ਪਰੇਸ਼ਾਨ ਹੁੰਦਾ, ਸਟ੍ਰੈਸ ਵਿੱਚ ਹੁੰਦਾ, ਕਿੰਨੇ ਲੋਕ ਸੁਸਾਈਡ ਕਰ ਰਹੇ ਨੇ, ਕਿੰਨੇ ਲੋਕ ਆਪਣੇ ਜੀਵਨ ਤੋਂ ਤੰਗ ਹੋ ਕੇ ਸਮੇਂ ਤੋਂ ਪਹਿਲਾਂ ਹੀ, ਜਿਹੜਾ ਇੱਕ ਇਨਸਾਨ ਆ ਉਹਦੇ ਵਾਸਤੇ ਇੱਕ ਉਹਦੀ ਉਮਰ ਦੇ ਵਰੇ ਪਰਮੇਸ਼ਵਰ ਨੇ ਅਪੁਆਇੰਟ ਕੀਤੇ ਹੋਏ ਨੇ। ਤੁਸੀਂ ਕਿੰਨੇ ਸਾਲ ਜੀਣਾ ਆ ਪਰਮੇਸ਼ਵਰ ਨੇ ਨਿਸ਼ਚਿਤ ਕੀਤਾ ਹੋਇਆ, ਪਰ ਇਨਸਾਨ ਇੰਨਾ ਕੁ ਜ਼ਿਆਦਾ ਦੁਖੀ ਹੋ ਗਿਆ ਅੱਜ ਦਾ, ਅੱਜ ਦੇ ਯੁੱਗ ਦੇ ਵਿੱਚ ਕਿ ਕਿੰਨੇ ਲੋਕ ਜਿਹੜੇ ਨੇ ਉਹ ਆਪਣੀ ਹੀ ਜਿਹੜੀ ਜ਼ਿੰਦਗੀ ਆ ਉਹਨੂੰ ਖਤਮ ਕਰ ਲੈਂਦੇ ਨੇ। ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੇਰੇ ਅਜ਼ੀਜ਼ੋ, ਅੱਜ ਪਰਮੇਸ਼ਵਰ ਨੇ ਤੁਹਾਨੂੰ ਛੁਟਕਾਰਾ ਦਿੱਤਾ। ਪ੍ਰੇਜ਼ ਦਾ ਲਾਰਡ। ਆਪਣੇ ਹੱਥਾਂ ਨੂੰ ਉੱਪਰ ਉਠਾ ਕੇ ਪਰਮੇਸ਼ਵਰ ਦੀ ਤਾਰੀਫ ਕਰੀ। ਹਾਲੇਲੂਇਆ, 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 ਹਾਲੇਲੂਇਆ। ਤੁਹਾਡਾ ਛੁਟਕਾਰਾ ਹੋ ਚੁੱਕਾ ਹੈ। ਇਹ ਛੁਟਕਾਰਾ ਕਦੋਂ ਹੋਇਆ? ਜਦੋਂ ਪਰਮੇਸ਼ਵਰ ਨੇ, ਪ੍ਰਭੂ ਯਿਸੂ ਮਸੀਹ ਨੇ ਗੱਤਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਕੀਤੀ, ਉਹ ਧਰਤੀ
ਜਿਹੜੀ ਸ਼ਰਾਫਿਤ ਹੋ ਗਈ ਸੀ। ਜਦੋਂ ਅਸੀਂ ਉਤਪਤ ਉਹਦਾ 3 ਉਹਦੇ 17 ਤੋਂ ਲੈ ਕੇ 19 ਵਚਨ ਚ ਪੜ੍ਹਦੇ ਹਾਂ, ਇੱਕ ਬਾਗ ਦੇ ਵਿੱਚ ਪਾਪ ਸ਼ੁਰੂ ਹੋਇਆ। ਬਾਈਬਲ ਕਹਿੰਦੀ ਆਦਮ ਔਰ ਹਵਾ ਦੋਨੋਂ ਇੱਕ ਬਾਗ ਚ ਰਹਿੰਦੇ ਸੀ। ਬਾਗ ਦੇ ਵਿੱਚ ਉਹਨਾਂ ਵਾਸਤੇ ਸੁੱਖ ਸੁਵਿਧਾਵਾਂ ਸਭ ਕੁਛ ਉਪਲਬਧ ਸੀ, ਉਹ ਬੜੇ ਹੈਪੀਲੀ ਰਹਿ ਰਹੇ ਸੀਗੇ। ਬਟ ਉੱਥੇ ਉਹਨਾਂ ਨੇ ਇੱਕ ਪਾਪ ਕੀਤਾ, ਉਸ ਪਾਪ ਦਾ ਨਤੀਜਾ ਕੀ ਹੋਇਆ? ਪਰਮੇਸ਼ਵਰ ਨੇ ਆਦਮ ਨੂੰ ਸ਼ਰਾਫਿਤ ਕੀਤਾ, ਉਹਦੀ ਪਤਨੀ ਨੂੰ ਸ਼ਰਾਫਿਤ ਕੀਤਾ, ਆਦਮ ਨੂੰ ਕਿਹਾ ਤੂੰ ਪਸੀਨਾ ਬਹਾ ਕੇ ਠੀਕ ਹੈ ਧਰਤੀ ਨੂੰ ਸਿੰਜੇਗਾ ਤੇ ਫਿਰ ਤੂੰ ਰੋਟੀ ਖਾਏਗਾ। ਔਰਤ ਨੂੰ ਸ਼ਰਾਫ ਦਿੱਤਾ ਕਿ ਤੂੰ ਪੀੜਾ ਦੇ ਨਾਲ ਬੱਚੇ ਨੂੰ ਜਣੇਗੀ, ਇੱਕ ਨਵੀਂ ਜ਼ਿੰਦਗੀ ਤੈਨੂੰ ਮਿਲੇਗੀ, ਮੌਤ ਦੇ ਨਾਲ ਲੜੇਗੀ ਤੂੰ। ਇਹ ਸ਼ਰਾਫ ਸੀ ਆਦਮ ਹਵਾ ਦੇ ਪਾਪ ਦੇ ਕਰਕੇ ਧਰਤੀ ਸਾਰੀ ਸ਼ਰਾਫਿਤ ਹੋ ਗਈ ਔਰ ਸ਼ਰਾਫ ਸਾਰਿਆਂ ਦੇ ਜੀਵਨ ਵਿੱਚ ਆ ਗਿਆ। ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਉੱਤੇ ਆਏ, ਉਹਨਾਂ ਨੇ ਸਭ ਤੋਂ ਪਹਿਲਾਂ ਇਸ ਮਾਨਵ ਨੂੰ, ਇਸ ਮਨੁੱਖ ਨੂੰ ਸ਼ਰਾਫ ਤੋਂ ਮੁਕਤ ਕੀਤਾ। ਅਜ਼ੀਜ਼ੋ, ਕਸਮਨੀ ਦੇ ਬਾਗ ਵਿੱਚ ਜਦੋਂ ਉਹਨੇ ਪ੍ਰੇਅਰ ਕੀਤੀ, ਬਾਈਬਲ ਦੱਸਦੀ ਹੈ ਕਿ ਜਦੋਂ ਉਹਨੇ ਪ੍ਰਾਰਥਨਾ ਕੀਤੀ ਨਾ, ਉਹਦਾ ਜਿਹੜਾ ਪਸੀਨਾ ਸੀ ਉਹ ਲਹੂ ਬਣ ਕੇ ਜ਼ਮੀਨ ਦੇ ਉੱਤੇ ਡਿੱਗਿਆ। ਇਹ ਜਿਹੜੀ ਜ਼ਮੀਨ ਪਾਪ ਦੇ ਕਰਕੇ ਸ਼ਰਾਫਿਤ ਹੋਈ ਸੀ, ਉਸ ਪ੍ਰਭੂ ਯਿਸੂ ਮਸੀਹ ਨੇ ਆਪਣੇ ਲਹੂ ਦੇ ਦੁਆਰਾ ਮੈਨੂੰ ਔਰ ਤੁਹਾਨੂੰ ਔਰ ਇਸ ਜਗਤ ਨੂੰ ਸਭ ਤੋਂ ਪਹਿਲਾਂ ਉਸ ਸ਼ਰਾਫ ਤੋਂ ਮੁਕਤ ਕੀਤਾ। ਉਹਦਾ ਧੰਨਵਾਦ ਕਰੀਏ ਸਭ ਜਣੇ। ਹਾਲੇਲੂਇਆ, 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 ਪ੍ਰੇਜ਼ ਦਾ ਲਾਰਡ, ਹਾਲੇਲੂਇਆ, ਹਾਲੇਲੂਇਆ। ਤੁਸੀਂ ਯਾਦ ਰੱਖੋ, ਜਿਸ ਜ਼ਮੀਨ ਤੇ ਅੱਜ ਤੁਸੀਂ ਬੈਠੇ ਹੋ, ਜਿਹੜੀ ਧਰਤੀ ਤੇ ਅੱਜ ਤੁਸੀਂ ਰਹਿ ਰਹੇ ਹੋ, ਇਹ ਧਰਤੀ ਹੁਣ ਸ਼ਰਾਫਿਤ ਨਹੀਂ ਹੈ, ਇਹ ਧਰਤੀ ਹੁਣ ਅਨੁਗ੍ਰਹਿ ਦੀ ਜ਼ਮੀਨ ਬਣ ਚੁੱਕੀ ਹੈ। ਆਪਣੇ ਪੜੋਸੀ ਨੂੰ ਕਹੋ ਹੁਣ ਇਹ ਅਨੁਗ੍ਰਹਿ ਦੀ ਜ਼ਮੀਨ ਬਣ ਚੁੱਕੀ ਹੈ, ਹੁਣ ਅਸੀਂ ਸ਼ਰਾਫਿਤ ਨਹੀਂ ਹਾਂ, ਅਸੀਂ ਪਾਪ ਤੋਂ ਮੁਕਤ ਹੋ ਚੁੱਕੇ ਹਾਂ। ਔਰ ਹੁਣ ਸਾਨੂੰ ਤਣਾਓ ਦੇ ਵਿੱਚ, ਟੈਨਸ਼ਨ ਦੇ ਵਿੱਚ, ਬੋਝ ਦੇ ਵਿੱਚ ਰਹਿਣ ਦੀ ਲੋੜ ਨਹੀਂ ਹੈ, ਕਿਉਂਕਿ ਪਰਮੇਸ਼ਵਰ ਨੇ ਹੁਣ ਸਾਨੂੰ ਕੀ ਕਰ ਦਿੱਤਾ? ਆਜ਼ਾਦ ਕਰ ਦਿੱਤਾ ਹੈ। ਹਾਲੇਲੂਇਆ, ਹਾਲੇਲੂਇਆ। ਮੱਤੀ 11 ਦੇ 28 ਵਚਨ ਚ ਲਿਖਿਆ, ਮੇਰੇ ਪਾਸ ਆਓ ਸਭੀ ਬੋਝ ਕੇ ਨੀਚੇ ਦਬੇ ਹੋਏ ਲੋਕ, ਉਹ ਕਹਿੰਦਾ ਮੇਰੇ ਅਨੁਗ੍ਰਹਿ ਦੇ ਕੋਲ ਆ ਜਾਓ, ਮੈਂ ਤੁਹਾਨੂੰ ਤੁਹਾਡੇ ਡਿਪਰੈਸ਼ਨ ਤੋਂ ਆਜ਼ਾਦ ਕਰਾਂਗਾ, ਮੈਂ ਤੁਹਾਨੂੰ ਤੁਹਾਡੀ ਚਿੰਤਾ ਤੋਂ ਆਜ਼ਾਦ ਕਰਾਂਗਾ, ਮੈਂ ਤੁਹਾਨੂੰ ਤੁਹਾਡੀ ਪਰੇਸ਼ਾਨੀ ਤੋਂ ਆਜ਼ਾਦ ਕਰਾਂਗਾ। ਸਾਨੂੰ ਲੋੜ ਹੈ ਪ੍ਰਭੂ ਦੇ ਉੱਤੇ ਭਰੋਸਾ ਰੱਖਣ ਦੀ। 2024 ਦੇ ਵਿੱਚ ਆਪਣੇ ਨਾਲ ਇੱਕ ਕਮਿਟਮੈਂਟ ਤੁਸੀਂ ਆਪ ਕਰਨਾ ਹੈ। ਕੀ ਕਰਨਾ ਹੈ? ਇੱਕ ਕਮਿਟਮੈਂਟ ਤੁਸੀਂ ਆਪ ਕਰਨਾ ਹੈ ਕਿ ਪ੍ਰਭੂ ਜੀ, ਮੈਂ ਹੁਣ ਟੈਨਸ਼ਨ ਦੇ ਵਿੱਚ ਨਹੀਂ ਰਹਿਣਾ, ਮੈਂ ਹੁਣ ਬੋਝ ਦੇ ਵਿੱਚ ਨਹੀਂ ਰਹਿਣਾ। ਹਾਲੇਲੂਇਆ, ਹਾਲੇਲੂਇਆ। ਔਰ ਇੱਕ ਗੱਲ ਤੁਸੀਂ ਮੇਰੀ ਯਾਦ ਰੱਖ ਲਿਓ, ਲਿਖ ਲਓ, ਇਸ ਗੱਲ ਨੂੰ ਭੁੱਲਿਓ ਨਾ, ਜੇਕਰ ਤੁਸੀਂ 2024 ਨੂੰ ਵੀ ਟੈਨਸ਼ਨ ਦੇ ਵਿੱਚ ਬਿਤਾ ਦਿੱਤਾ, ਤੁਸੀਂ ਚਿੰਤਾ ਦੇ ਵਿੱਚ ਫਸੇ ਰੱਖੇ, ਤਾਂ ਯਾਦ ਰੱਖਿਓ ਤੁਹਾਨੂੰ ਕੋਈ ਬਲੈਸਿੰਗ ਨਹੀਂ ਮਿਲਣ ਵਾਲੀ। ਜੇਕਰ ਤੁਸੀਂ ਬਲੈਸਿੰਗ ਲੈਣੀ ਹੈ ਤੇ ਤੁਹਾਨੂੰ ਕੀ ਕਰਨਾ ਪੈਣਾ? ਚਿੰਤਾ ਤੋਂ ਮੁਕਤ ਰਹਿਣਾ ਪੈਣਾ, ਪਰੇਸ਼ਾਨੀ ਤੋਂ ਆਜ਼ਾਦ ਰਹਿਣਾ ਪੈਣਾ।
ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨ ਦੀ ਲੋੜ ਹੈ। ਹਰ ਤਰ੍ਹਾਂ ਦੇ ਡਿਪਰੈਸ਼ਨ ਤੋਂ, ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਕਰਨਾ ਹੈ। ਯਾਦ ਰੱਖੋ ਮੇਰੇ ਅਜ਼ੀਜ਼ੋ, ਚਿੰਤਾ ਕਰਕੇ ਕੋਈ ਵੀ ਆਪਣੀ ਉਮਰ ਦੇ ਵਿੱਚ ਇੱਕ ਪਲ ਦਾ ਵੀ ਵਾਧਾ ਨਹੀਂ ਕਰ ਸਕਦਾ। ਚਿੰਤਾ ਕਰਕੇ ਤੁਸੀਂ ਆਪਣੇ ਜੀਵਨ ਦੇ ਵਰਿਆਂ ਨੂੰ ਘਟਾਉਂਦੇ ਹੋ। ਚਿੰਤਾ ਕਰਕੇ ਤੁਸੀਂ ਸਮੇਂ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸਫੇਦ ਕਰ ਲੈਂਦੇ ਹੋ। ਚਿੰਤਾ ਕਰਕੇ ਤੁਸੀਂ ਡਿਪਰੈਸ਼ਨ ਚ ਜਾਂਦੇ ਹੋ। ਤੁਹਾਨੂੰ ਚਿੰਤਾ ਤੋਂ ਮੁਕਤ ਰਹਿਣ ਦੀ ਲੋੜ ਹੈ। ਫਿਕਰ ਨਹੀਂ ਕਰਨਾ, ਚਿੰਤਾ ਨਹੀਂ ਕਰਨੀ, ਬਲਕਿ ਪਰਮੇਸ਼ਵਰ ਦੇ ਉੱਤੇ ਕੀ ਕਰਨਾ, ਵਿਸ਼ਵਾਸ ਰੱਖਣਾ। ਔਰ ਯਾਦ ਰੱਖਣਾ ਕਿ ਪ੍ਰਭੂ ਦੇ ਲਹੂ ਦੇ ਦੁਆਰਾ ਅਸੀਂ ਛੁਟਕਾਰਾ ਪਾਏ ਹੋਏ ਲੋਕ ਹਾਂ। ਕੀ ਹਾਂ ਅਸੀਂ? ਅਸੀਂ ਫ੍ਰੀ ਹਾਂ, ਅਸੀਂ ਕਰਜ਼ੇ ਤੋਂ ਫ੍ਰੀ ਹਾਂ, ਅਸੀਂ ਬਿਮਾਰੀਆਂ ਤੋਂ ਫ੍ਰੀ ਹਾਂ, ਅਸੀਂ ਸਿਰਾਫਾਂ ਤੋਂ ਫ੍ਰੀ ਹਾਂ, ਅਸੀਂ ਆਜ਼ਾਦ ਹੋ ਚੁੱਕੇ ਹਾਂ। ਔਰ ਸਾਨੂੰ ਹੁਣ 2024 ਚਿੰਤਾ ਦੇ ਵਿੱਚ ਗਵਾਉਣ ਦੀ ਲੋੜ ਨਹੀਂ ਹੈ। ਫਿਕਰ ਕਰ ਕਰਕੇ, ਚਿੰਤਾ ਕਰ ਕਰਕੇ ਤੁਹਾਡਾ BP ਹਾਈ ਹੋ ਜਾਏਗਾ, ਨਹੀਂ ਤਾਂ ਫਿਰ ਲੋਅ ਹੋ ਜਾਏਗਾ। ਤੁਹਾਨੂੰ ਗੋਲੀਆਂ ਲੱਗ ਜਾਣਗੀਆਂ, ਤੁਸੀਂ ਦਵਾਈਆਂ ਖਾਂਦੇ ਰਹੋਗੇ। 2023 ਤੁਸੀਂ ਬੜੀ ਚਿੰਤਾ ਦੇ ਨਾਲ ਗਵਾ ਲਿਆ, ਹੁਣ 2024 ਦੇ ਵਿੱਚ ਚਿੰਤਾ ਨਹੀਂ ਕਰਨੀ, ਬਲਕਿ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਣਾ। ਔਰ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਤੁਹਾਡਾ ਪਰਮੇਸ਼ਵਰ ਵਿਸ਼ਵਾਸੀਆਂ ਦਾ ਆਦਰ ਕਰਦਾ ਹੈ। ਸੁਣਿਆ? ਨਾਲ ਵਾਲੇ ਨੂੰ ਵੀ ਦੱਸਣਾ ਦਿਓ, ਤੁਹਾਡਾ ਪਿਤਾ ਵਿਸ਼ਵਾਸੀਆਂ ਦਾ, ਕਿਹੜੇ ਵਿਸ਼ਵਾਸੀ ਜਿਹੜਾ ਵਿਸ਼ਵਾਸ ਕਰਦਾ ਹੈ ਕਿ ਪ੍ਰਭੂ ਮੇਰੇ ਲਈ ਅਦਭੁਤ ਕੰਮ ਕਰ ਸਕਦਾ ਹੈ, ਮੈਜਿਕ ਕਰ ਸਕਦਾ, ਮੈਰੀਕਲ ਕਰ ਸਕਦਾ, ਸੁਪਰ ਨੈਚੁਰਲ ਕੰਮ ਕਰ ਸਕਦਾ। ਇਬਰਾਹਿਮ ਨੇ ਵਿਸ਼ਵਾਸ ਕੀਤਾ, ਪ੍ਰਭੂ ਨੇ ਆਦਰ ਕੀਤਾ, ਔਰ ਪ੍ਰਭੂ ਤੁਹਾਡਾ ਵੀ ਆਦਰ ਕਰੇਗਾ। ਚਿੰਤਾ ਨਾ ਕਰੋ, ਸਮੇਂ ਲੱਗੇਗਾ ਪਰ ਬਰਕਤ ਜ਼ਰੂਰ ਮਿਲੇਗੀ। ਪ੍ਰੇਜ਼ ਦਾ ਲਾਰਡ। 2024 ਦੀ ਸ਼ੁਰੂਆਤ ਕਿੱਦਾਂ ਕਰਨੀ ਆਪਾਂ? ਚਿੰਤਾ ਤੋਂ ਮੁਕਤ ਹੋ ਕੇ। ਹਾਲੇਲੂਇਆ। ਅੱਜ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਵੀ BP ਹਾਈ ਜਾਂ ਲੋਅ ਦੀ ਗੋਲੀ ਨਾ ਖਾਣੀ ਪਵੇ। ਕਿੰਨੇ ਜਣੇ ਰੈਡੀ ਨੇ? ਪ੍ਰੇਜ਼ ਦਾ ਲਾਰਡ। ਕਿਸੇ ਦਾ BP ਨਾ ਹਾਈ ਹੋਵੇ ਨਾ ਲੋਅ ਹੋਵੇ, ਕਦੋਂ ਨੋਰਮਲ ਰਹੇਗਾ? ਚਲੋ ਚਿੰਤਾ ਮੁਕਤ ਰਹੋਗੇ। ਜਿੰਨੀ ਚਿੰਤਾ ਕਰੋਗੇ, ਜਿੰਨਾ ਬੋਝ ਰੱਖੋਗੇ, ਜਿੰਨੇ ਪਰੇਸ਼ਾਨ ਹੋਵੋਗੇ, ਓਨੀ ਜ਼ਿਆਦਾ ਤੁਹਾਡੀ ਬੋਡੀ ਖਰਾਬ ਹੋਏਗੀ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ 1 ਜਨਵਰੀ ਤੇ ਦੱਸਿਆ ਸੀ, ਉਸੇ ਤਰ੍ਹਾਂ ਤੁਸੀਂ ਕਰਨਾ ਹੈ ਨਵੇਂ ਸਾਲ ਵਿੱਚ। ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਿਹਦੇ ਨਾਲ ਕਰਨੀ ਹੈ? ਸਭ ਬੋਲੇ ਕਿਹਦੇ ਨਾਲ ਕਰਨੀ ਹੈ? ਔਰ ਪਰਮੇਸ਼ਵਰ ਨੂੰ ਕਹਿਣਾ, ਜਿਸ ਕੰਮ ਵਿੱਚ ਤੂੰ ਮੇਰੇ ਨਾਲ ਨਹੀਂ ਹੈ ਉਹ ਮੈਂ ਨਹੀਂ ਕਰੂੰਗਾ, ਔਰ ਜਿਹੜੇ ਕੰਮ ਵਿੱਚ ਤੂੰ ਮੇਰੇ ਨਾਲ ਹੈ ਮੈਂ ਉਹੀ ਕਰੂੰਗਾ। ਪ੍ਰਭੂ ਜਿੱਦਾਂ ਮੂਸਾ ਨੇ ਕਿਹਾ, ਤਬ ਤੱਕ ਆਗੇ ਨਹੀਂ ਬੜੂੰਗਾ ਜਬ ਤੱਕ ਤੂੰ ਮੇਰੇ ਸਾਥ ਨਹੀਂ। ਔਰ ਅੱਜ ਅਸੀਂ ਵੀ ਪ੍ਰਭੂ ਨਾਲ ਵਾਅਦਾ ਕਰਨਾ, ਪਿਤਾ ਤੂੰ ਮੇਰੇ ਨਾਲ ਹੋ। ਪ੍ਰੇਜ਼ ਦਾ ਲਾਰਡ। ਕਿਉਂਕਿ ਜਦੋਂ ਪ੍ਰਭੂ ਨਾਲ ਹੋਊਗਾ ਫਿਰ ਆਪਾਂ ਕਦੇ ਡਿੱਗਾਂਗੇ ਨਹੀਂ, ਹਿੱਲਾਂਗੇ ਨਹੀਂ, ਪਰੇਸ਼ਾਨ ਨਹੀਂ ਹੋਵਾਂਗੇ। ਸਾਡੇ ਘਰਾਂ, ਸਾਡੇ ਪਰਿਵਾਰਾਂ 'ਚ, ਸਾਡੀ ਬਿਜ਼ਨਸ ਵਿੱਚ ਜੇਕਰ ਪ੍ਰਭੂ ਸਾਡੇ ਨਾਲ ਆ ਫਿਰ ਅਸੀਂ ਵੱਧਦੇ ਹੀ ਜਾਵਾਂਗੇ। ਪ੍ਰੇਜ਼ ਦਾ ਲਾਰਡ। ਸੋ ਖੁਦਾ ਤੁਹਾਨੂੰ ਇਹਨਾਂ ਵਚਨਾਂ 'ਤੇ ਬਰਕਤ ਦੇਵੇ। ਸਭ ਬੋਲੇ ਆਮੀਨ, ਆਮੀਨ, ਸਭ ਕਹੀਏ ਆਮੀਨ।